ਮੋਦੀ ਸਰਕਾਰ ਦੇ ਤੀਜੇ ਟੈਨਓਵਰ ਦਾ 7ਵਾਂ ਬਜਟ ਪੇਸ਼ ਹੋਇਆ ਅੱਜ, ਤੇ ਬਜਟ ਦੇ ਵਿੱਚ ਕੀ ਰਾਹਤਾਂ ਮਿਲੀਆਂ ਨੇ, ਕੀ ਕਾਰੋਬਾਰੀਆਂ ਨੂੰ ਫੈਸਿਲਿਟੀਜ਼ ਮਿਲੀਆਂ ਹੈਗੀਆਂ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਲੰਬੇ ਅਰਸੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪੰਜਾਬ ਭਰ 'ਚ ਕੈਂਪ ਲਗਾਏ ਜਾ ਰਹੇ ਨੇ। ਇਹਨਾਂ ਕੈਂਪਾਂ 'ਚ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ, ਜਿਸ ਦੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ। ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ, ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ। ਬਹੁਤ ਫਾਇਦਾ ਮਿਲਦਾ ਭਾਅ ਜੀ, ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ, ਕੰਮ ਨਹੀਂ ਹੁੰਦੇ ਸੀਗੇ, ਅੱਜ ਸਾਡੇ ਇੱਥੇ ਹੀ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰਿਆਂ ਦੇ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ, ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ। ਹੁਣ ਪੰਜਾਬ ਵਾਸੀਆਂ ਨੂੰ ਅਜਿਹੇ ਸਰਕਾਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ, ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ। ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ ਖੁਆਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ। ਡਿਮਾਂਡਸ ਜਿਹੜੀਆਂ ਸੀਗੀਆਂ ਉਹ ਸਪੋਰਟਸ ਮਾਰਕੀਟ ਦੀਆਂ ਚੱਲ ਰਹੀਆਂ ਸੀਗੀਆਂ, ਜਿਸ ਨੂੰ ਲੈ ਕੇ ਅਸੀਂ ਅੱਜ ਸਪੋਰਟਸ ਮਾਰਕੀਟ ਵਿੱਚ ਹੀ ਹਾਜ਼ਰ ਹੋਏ ਹਾਂ। ਗੱਲਬਾਤ ਕਰਦੇ ਹਾਂ ਰਵਿੰਦਰ ਧੀਰ ਜਿਹੜੇ ਇਸਤੇ ਦੇ ਪ੍ਰਧਾਨ ਹੈਗੇ ਨੇ ਉਹਨਾਂ ਨਾਲ। ਰਵਿੰਦਰ ਜੀ, ਬੜੀਆਂ ਲੰਬੀਆਂ ਡਿਮਾਂਡਾਂ ਸੀਗੀਆਂ, ਕਾਫੀ ਚਿਰ ਤੋਂ ਲਮਕਦੀਆਂ ਆ ਰਹੀਆਂ ਸੀਗੀਆਂ, ਔਰ ਲਗਾਤਾਰ ਤੁਹਾਡੇ ਵੱਲੋਂ ਸਟੇਟ ਗੌਰਮੈਂਟ ਨੂੰ ਸੈਂਟਰ ਗੌਰਮੈਂਟ ਨੂੰ ਉਹਦੇ ਬਾਰੇ ਆਗਾਹ ਵੀ ਕੀਤਾ ਜਾ ਰਿਹਾ ਸੀ, ਪਰ ਹੁਣ ਬਜਟ ਜਿਵੇਂ ਕਿ ਜਿਵੇਂ ਪੇਸ਼ ਹੋਇਆ ਅੱਜ, ਕੀ ਲੱਗਦਾ ਡਿਮਾਂਡਸ ਪੂਰੀਆਂ ਹੋਈਆਂ? ਦੇਖੋ, ਬਜਟ ਦੇ ਬਜਟ ਨੂੰ ਦੇਖਣ ਤੋਂ ਉਪਰੰਤ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੇ ਪੰਜਾਬ ਦੀ ਇੰਡਸਟਰੀ ਤੱਕ ਹੀ ਕਿਸੇ ਵੀ ਇੰਡਸਟਰੀ ਨੂੰ ਕੋਈ ਤਵੱਜੋ ਨਹੀਂ ਦਿੱਤੀ ਹੈ, ਕਿਸੇ ਵੀ ਇੰਡਸਟਰੀ ਲਈ ਕੋਈ ਰਾਹਤ ਨਹੀਂ ਹੈਗੀ। ਪਰ ਸਾਡੀ ਸਮੱਸਿਆ ਜਿਹੜੀ ਥੋੜ੍ਹੀ ਡਿਫਰ ਹੈਗੀ ਹੈ, ਪੰਜਾਬ ਦੇ ਜਿਹੜੇ ਉਦਯੋਗ ਹੈ ਇਹਨਾਂ ਦੀ ਸਮੱਸਿਆ ਬਹੁਤ ਗੰਭੀਰ ਹੈ, ਇਹਨਾਂ ਨੇ ਬਹੁਤ ਸਾਰੇ ਸੰਕਟ ਦੇਖੇ ਹੈ, ਔਰ ਬਹੁਤ ਸਾਰਾ ਸੰਕਟ ਜਿਹੜਾ ਹਿੱਲ ਸਟੇਟਸ ਨੂੰ ਪੈਕੇਜ ਮਿਲਿਆ ਉਹਨੇ ਇਹਨਾਂ ਅੱਗੇ ਖੜਾ ਕਰ ਦਿੱਤਾ, ਔਰ ਉਸ ਸੰਕਟ ਕਰਕੇ ਪੰਜਾਬ ਦੀ ਇੰਡਸਟਰੀ ਬਹੁਤ ਪਿੱਛੇ ਪੈ ਗਈ। ਜਿਹੜਾ ਪੰਜਾਬ ਦਾ ਅੱਜ ਦਾ ਵਾਤਾਵਰਨ ਹੈ, ਨਸ਼ਿਆਂ ਦਾ ਬੋਲਬਾਲਾ, ਇੰਡਸਟਰੀ ਸੰਕਟ 'ਚ ਹੈ, ਕਿਸਾਨੀ ਸੰਕਟ 'ਚ ਹੈ, ਅਤੇ ਪੰਜਾਬ ਦਾ ਕੋਈ ਬੱਚਾ, ਪੰਜਾਬ ਦਾ ਕੋਈ ਨੌਜਵਾਨ ਇੱਥੇ ਰਹਿਣ ਨੂੰ ਤਿਆਰ ਨਹੀਂ ਹੈ, ਵਿਦੇਸ਼ਾਂ ਨੂੰ ਪਲਾਇਣ ਹੋ ਰਿਹਾ, ਉਹਨੂੰ ਬਚਾਉਣ ਦਾ ਇੱਕਮਾਤਰ ਹੱਲ ਜਾਂ ਤਰੀਕਾ ਇਹੀ ਹੈ ਕਿ ਇੰਡਸਟਰੀ ਬਚਾਈ ਜਾਵੇ। ਇੰਡਸਟਰੀ ਬਚਾਉਣ ਦਾ ਇੱਕਮਾਤਰ ਹੱਲ ਹੈ ਕਿ ਸਾਡੀ ਗੱਲ ਸੁਣੀ ਜਾਵੇ, ਸਾਡੀ ਗੱਲ ਸੁਣਨ ਦਾ ਵੀ ਇੱਕਮਾਤਰ ਹੱਲ ਇਹ ਹੈ ਕਿ ਸਾਡੇ ਨੁਮਾਇੰਦੇ ਜਿਹੜੇ ਆ ਉਹ ਸਰਕਾਰਾਂ ਦੀਆਂ ਉਹਨਾਂ ਕਮੇਟੀਆਂ ਦੇ ਮੈਂਬਰ ਹੋਣ। ਲਗਾਤਾਰ ਜਦੋਂ ਹੁਣ ਜ਼ਿਮਨੀ ਚੋਣਾਂ ਹੋਈਆਂ ਨੇ ਜਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ, ਲਗਾਤਾਰ ਮੰਤਰੀਆਂ ਨੇ ਰਾਬਤਾ ਕਾਇਮ ਕੀਤਾ, ਤੁਸੀਂ ਗੱਲਬਾਤ ਵੀ ਕੀਤੀ, ਕਈ ਗੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਤੁਹਾਨੂੰ? ਦੇਖੋ, ਇਸ ਤਰ੍ਹਾਂ ਕਿ ਜਿਹੜੇ ਚੁਣਾਵ ਦੇ ਵਾਅਦੇ ਆ, ਮੈਂ ਸਮਝਦਾ ਉਹ ਕਦੇ ਜ਼ਮੀਨੀ ਹਕੀਕਤ ਨਹੀਂ ਬਣ ਪਾਏ, ਔਰ ਉਹ ਸਿਰਫ ਵਾਅਦੇ ਰਹਿ ਜਾਂਦੇ ਆ। ਵੈਸੇ ਤਾਂ ਪਾਰਟੀਆਂ ਨੂੰ ਵੀ ਉਹ ਚਾਹੀਦਾ ਵਾਅਦਾ ਹੀ ਉਹ ਕਰਨਾ ਚਾਹੀਦਾ ਜਿਹੜਾ ਹਕੀਕਤ ਬਣ ਸਕੇ, ਔਰ ਜਿਹੜਾ ਜੈਨੂਅਨ ਲੋੜ ਹੋਵੇ। ਲੋਕ ਲੁਭਾਵਣ ਵਾਅਦੇ ਜਿਹੜੇ ਆ ਉਹ ਦੇਸ਼ ਦਾ, ਸੂਬੇ ਦਾ ਨੁਕਸਾਨ ਕਰਦੇ ਆ, ਔਰ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਨੁਕਸਾਨ ਵਧਣਾ ਹੀ ਹੈ। ਜਿਹੜੀ ਤੁਸੀਂ ਗੱਲ ਕੀਤੀ ਇਹਨਾਂ ਦੀ, ਇਹਨਾਂ ਵਾਅਦਿਆਂ 'ਤੇ ਤਾਂ ਅਸੀਂ ਵੀ ਯਕੀਨ ਨਹੀਂ ਕਰਦੇ ਹੈਗੇ, ਔਰ ਜਿਹੜੀ ਸਾਡੀ ਸਮੱਸਿਆ
ਉਹ ਜ਼ਰੂਰ ਸਰਕਾਰਾਂ ਨੂੰ ਸੁਣਨੀ ਚਾਹੀਦੀ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈ। ਔਰ ਮੈਂ ਤਾਂ ਸਮਝਦਾ ਕਿ ਸਟੇਟ ਔਰ ਸੈਂਟਰ ਦੀ ਇੱਕ ਕਮੇਟੀ ਬਣਨੀ ਚਾਹੀਦੀ ਪੰਜਾਬ ਦੀ ਇੰਡਸਟਰੀ ਵਾਸਤੇ। ਆਰਐਨਡੀ ਦੀ ਡਿਮਾਂਡ ਸੀਗੀ ਬੜੇ ਲੰਬੇ ਸਮੇਂ ਤੋਂ, ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਸੀਗੀ। ਦੇਖੋ ਅੱਜ ਦੀ ਤਰੀਕ ਦੇ ਵਿੱਚ ਖੁਦ ਵਿੱਤ ਮੰਤਰੀ ਨੇ ਕਿਹਾ ਕਿ ਜਿਹੜਾ ਸ਼ੋਧ ਹੈ ਸ਼ੋਧ ਤੇ 1000 ਕਰੋੜ ਰੁਪਇਆ ਖਰਚਿਆ ਜਾਊਗਾ, ਔਰ ਅਸੀਂ ਉਹੀ ਸ਼ੋਧ ਸੈਂਟਰ ਮੰਗਦੇ ਹਾਂ। ਸਾਡੀ ਜਿਹੜੀ ਇੰਡਸਟਰੀ ਹੈ ਅੱਜ ਬਹੁਤ ਜ਼ਿਆਦਾ ਪਿੱਛੇ ਪੈਣ ਦਾ ਕਾਰਨ ਇਹ ਹੈ ਕਿ ਇਹਦੇ ਕੋਲ ਕੋਈ ਲੇਟੈਸਟ ਨੋਹੋ ਨਹੀਂ ਹੈ, ਔਰ ਉਹਦੇ ਲਈ ਆਰਐਨਡੀ ਸੈਂਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਬਹੁਤ ਵੱਡੀ ਇਨਵੈਸਟਮੈਂਟ ਵਾਲਾ ਪ੍ਰੋਜੈਕਟ ਨਹੀਂ ਹੈ। ਜਿੱਦਾਂ ਪੰਜਾਬ ਦੀ ਸਰਕਾਰ ਹੈ ਜਿਹੜੀ, ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਅਨਾਊਂਸ ਕੀਤਾ ਸੀ ਸਪੋਰਟਸ ਯੂਨੀਵਰਸਿਟੀ, ਜੇ ਸਪੋਰਟਸ ਯੂਨੀਵਰਸਿਟੀ ਵੀ ਬਣਾ ਦੇਣਗੇ ਤੇ ਆਰਐਨਡੀ ਸੈਂਟਰ ਆਪਣੇ ਆਪ ਬਣ ਜਾਣਾ। ਉਹਦੇ ਚ ਸਪੋਰਟਸ ਯੂਨੀਵਰਸਿਟੀ ਬਣ ਜਾਵੇ ਤੇ ਮੈਂ ਸਮਝਦਾ ਪੰਜਾਬ ਦਾ ਕਾਇਆਕਲਪ ਹੋ ਜਾਊਗਾ। ਐਡਾ ਵੱਡਾ ਉਹ ਇੱਕ ਪ੍ਰੋਜੈਕਟ ਹੈ। ਰਾ ਮਟੀਰੀਅਲ ਜਿਹੜਾ ਤੁਸੀਂ ਮੰਗਾਉਂਦੇ ਹੋ ਉਹਨੂੰ ਲਿਆਉਣ ਵਾਸਤੇ ਉਸਨੂੰ ਉਹਦੀ ਜਿਹੜੀ ਢੋਆ ਢੋਆਈ ਹੈਗੀ ਉਸਨੂੰ ਲੈ ਕੇ ਵੀ ਕਾਫੀ ਖਰਚਾ ਹੁੰਦਾ, ਜਿਹਦੇ ਕਰਕੇ ਮਟੀਰੀਅਲ ਮਹਿੰਗਾ ਹੋ ਜਾਂਦਾ ਜਦੋਂ ਤਿਆਰ ਕੀਤਾ ਜਾਂਦਾ। ਦੇਖੋ ਲੈਂਡਲੌਕ ਸਟੇਟ ਹੈਗਾ, ਬਾਰਡਰ ਹੈ, ਸਮੁੰਦਰ ਸਾਡੇ ਤੋਂ 100 ਮੀਲ ਦੂਰ ਹੈ, ਸੁਭਾਵਿਕ ਤੌਰ ਤੇ ਖਰਚਾ ਤੇ ਹੁੰਦਾ ਹੀ ਹੈ। ਸਾਨੂੰ ਤਾਂ ਬਹੁਤ ਸਾਰੇ ਇਹ ਖਰਚੇ ਸਹਿਣ ਕਰਨੇ ਪੈਂਦੇ ਆ, ਸਾਨੂੰ ਲੇਬਰ ਮਹਿੰਗੀ ਹੈ, ਸਾਡੇ ਕੋਲ ਬਿਜਲੀ ਮਹਿੰਗੀ ਹੈ, ਸਾਡੇ ਪੰਜਾਬ 'ਚ ਕੋਈ ਰਾ ਮਟੀਰੀਅਲ ਪੈਦਾ ਨਹੀਂ ਹੁੰਦਾ ਹੈਗਾ, ਸਾਰਾ ਬਾਹਰਲੇ ਸੂਬਿਆਂ ਤੋਂ ਜਾਂ ਬਾਹਰਲੇ ਦੇਸ਼ਾਂ ਤੋਂ ਆਉਂਦਾ ਹੈਗਾ। ਉਹਦੇ ਬਾਵਜੂਦ ਪੰਜਾਬ ਦੀ ਇੰਡਸਟਰੀ ਜੇ ਵਜੂਦ ਆਪਣਾ ਕਾਇਮ ਰੱਖ ਪਾ ਰਹੀ ਹੈ ਅਤੇ ਆਪਣੀ ਰੋਜ਼ੀ ਰੋਟੀ ਦੀ ਲੜਾਈ ਲੜ ਰਹੀ ਹੈ, ਇਹ ਉਹਨਾਂ ਦਾ ਜਜ਼ਬਾ ਹੈ ਪੰਜਾਬੀਆਂ ਦਾ। ਅੱਜ ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੀ ਸਾਰੀ ਸਮੂਹੀ ਇੰਡਸਟਰੀ ਨੂੰ ਬਚਾਉਣ ਦੀ ਲੋੜ ਹੈ, ਔਰ ਉਹਦੇ ਵਾਸਤੇ ਦੋਨਾਂ ਸਰਕਾਰਾਂ ਨੂੰ ਪਹਿਲਕਦਮੀ ਕਰਨ ਦੀ ਲੋੜ ਹੈ। ਬਜਟ ਦੇ ਵਿੱਚ ਇੱਕ ਘੋਸ਼ਣਾ ਕੀਤੀ ਗਈ ਹੈ, 10 ਇੰਡਸਟਰੀਅਲ ਹੱਬ ਬਣਾਏ ਜਾਣਗੇ। ਉਹ ਵਿਸਤਾਰ ਨਾਲ ਜਾਣਕਾਰੀ ਤਾਂ ਨਹੀਂ ਆਈ, ਪਰ ਆਪਣੀ ਮੰਗ ਹੈ ਕਿ ਇੱਕ ਇੰਡਸਟਰੀਅਲ ਹੱਬ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ, ਔਰ ਖਾਸ ਤੌਰ 'ਤੇ ਜਲੰਧਰ ਨੂੰ ਦਿੱਤਾ ਜਾਵੇ, ਸਾਡੀ ਸਪੋਰਟਸ ਇੰਡਸਟਰੀ ਨੂੰ ਦਿੱਤਾ ਜਾਵੇ। ਇਹ ਸਾਡੀ ਪ੍ਰਜੋਰ ਮੰਗ ਹੈ ਔਰ ਸਾਡੀ ਲੋੜ ਵੀ ਹੈ। ਮੈਂ ਵਾਪਸ ਉਹਨਾਂ ਤੁਹਾਡੇ ਕੋਲ, ਮੇਰੇ ਨਾਲ ਹੋਰ ਵੀ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ, ਜਿਹੜੀਆਂ ਚੀਜ਼ਾਂ ਸਸਤੀਆਂ ਕੀਤੀਆਂ ਹੈ, ਇਲੈਕਟ੍ਰੋਨਿਕ ਕਾਰਾਂ ਸਸਤੀਆਂ ਕਰਤੀਆਂ ਨੇ, ਐਕਸਰੇ ਮਸ਼ੀਨਾਂ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਕਰਦੀਆਂ ਨੇ, ਪਰ ਰਾਹਤ ਦੀ ਗੱਲ ਕੀਤੀ, ਜਿਹੜਾ ਮਿਡਲ ਮੈਨ ਹੈਗਾ ਹੈ ਉਸਨੂੰ ਰਾਹਤ ਕਿਤੇ ਨਜ਼ਰ ਨਹੀਂ ਆ ਰਹੀ। ਨਹੀਂ, ਚਲੋ ਇਹ ਤਾਂ ਬਹੁਤ ਚੰਗੀ ਗੱਲ ਹੈ, ਇਹ ਬਿਮਾਰੀਆਂ ਦੀ ਇਹਨਾਂ ਨੇ ਸਸਤੀ ਕੀਤੀ, ਇਲੈਕਟ੍ਰੋਨਿਕ ਦਾ ਸਸਤੀ ਕੀਤੀ, ਅਤੇ ਚਲੋ ਚੰਗੀ ਗੱਲ ਹੈ ਸਾਰੀ ਦੁਨੀਆ ਵਾਸਤੇ ਹੈ, ਸਾਰੇ ਆਪਣੇ ਹਿੰਦੁਸਤਾਨ ਵਾਸਤੇ ਹੈ, ਮਗਰ ਅਸਾਂ ਐਕਸਪੈਕਟ ਆਪਣੇ ਸਪੋਰਟਸ ਵਾਸਤੇ ਕਰਦੇ ਸੀਗੇ, ਜਲੰਧਰ ਵਾਸਤੇ ਸਾਨੂੰ ਕੁਛ ਨਹੀਂ ਮਿਲਿਆ, ਨਾ ਕਿ ਸਾਨੂੰ ਇੰਡਸਟਰੀ ਵਾਸਤੇ ਕੁਛ ਨਹੀਂ ਬਜਟ 'ਚ ਆਇਆ, ਕਿਸੇ ਵੀ ਇੰਡਸਟਰੀ ਕੋਈ ਇੰਡਸਟਰੀ ਵਾਸਤੇ ਬਜਟ ਦੇ ਵਿੱਚ ਕੁਛ ਨਹੀਂ ਆਇਆ, ਨਾ ਹੀ ਉਹਨਾਂ ਨੇ ਕਿਸੇ ਨੂੰ ਕਿਸੇ ਬਜਟ ਦੇ ਵਿੱਚ ਕੁਛ ਨਹੀਂ ਕਿਹਾ। ਉਮੀਦ ਕੀ ਸੀਗੀ ਇੱਕ ਸਪੋਰਟਸ ਮਾਰਕੀਟ ਦੇ ਵਿੱਚ ਵਿਚਰਦੇ ਹੋ ਤੁਸੀਂ, ਇੱਥੇ ਦੀ ਇੰਡਸਟਰੀ ਲਿਸਟ ਦੇ ਵਿੱਚ ਬੇਸ਼ੁਮਾਰ ਨਾਮ ਹੈਗਾ ਆ, ਕੀ ਉਮੀਦ ਕੀ ਸੀਗੀ ਵੀ ਇਸ ਵਾਰ ਬਜਟ ਤੋਂ ਕੀ ਰੱਖਦੇ ਪਏ ਸੀ ਤੁਸੀਂ? ਉਮੀਦ ਸੀਗੀ ਕੋਈ GST ਦੇ ਵਿੱਚ, ਦੇਖੋ GST ਇਹਨਾਂ ਨੂੰ ਇੰਨਾ ਕਲੈਕਸ਼ਨ ਹੋ ਰਹੀ ਹੈ, ਡਬਲ ਹੋ ਗਈ ਹੈ GST, ਰਿਲੈਕਸ ਕੀ ਇੰਡਸਟਰੀ ਨੂੰ ਦਿੱਤਾ? ਕੁਛ ਨਹੀਂ, ਉਲਟਾ ਉਹਨਾਂ ਨੇ 5 ਸਾਲ ਲਈ ਰਾਸ਼ਨ ਵਧਾ ਦਿੱਤਾ, ਉਹ ਦਰਾਂਦਰਾ ਦੀ ਦੇ ਦਿੱਤਾ, ਬਿਹਾਰ ਦੀ ਦੇ ਦਿੱਤਾ, ਪੰਜਾਬ ਨੂੰ ਕੀ ਦਿੱਤਾ? ਕੁਛ ਨਹੀਂ ਦਿੱਤਾ, ਨਾ ਸਾਡੇ ਸਪੋਰਟਸ ਇੰਡਸਟਰੀ ਆ ਸਕਦੇ ਐਕਸਪੈਕਟ ਕਰਦੇ, ਸਭ ਤੋਂ ਵੱਡੀ ਇਨਕਮ ਟੈਕਸ ਵੀ ਐਕਸਪੈਕਟ ਕਰਦੇ ਸੀ 80C ਦੀ, ਜਿਸ ਤਰ੍ਹਾਂ ਓਲਡ ਏਜ ਅਸਾਂ ਹੈਗੇ, ਮੈਂ ਵੀ ਓਲਡ ਏਜ, ਉਹ ਐਕਸਪੈਕਟ ਕਰਦੇ ਸੀਗੇ ਕਿ ਸਾਨੂੰ 80C ਦੇ ਰਿਲੈਕਸ ਦੁਆਰਾ ਦੇਣਗੇ, 2 ਸਾਲਾਂ ਤੋਂ ਬੰਦ ਹੋ ਗਿਆ, ਦਾ ਨਵੇਂ ਰਿਜ਼ਿਊਮ ਦੇ ਵਿੱਚ ਬੰਦ ਹੈ, 80C ਦਾ ਰਿਲੈਕਸ ਨਹੀਂ ਮਿਲ ਰਿਹਾ, 80C ਦਾ ਰਿਲੈਕਸ ਉਹ ਜਿਸ ਤਰ੍ਹਾਂ
ਜਿਸ ਤਰ੍ਹਾਂ ਨੌਕਰੀ ਪੇਸ਼ੇ ਨੂੰ ਪੈਨਸ਼ਨ ਹੁੰਦੀ ਹੈ, ਵਪਾਰੀ ਨੂੰ ਵੀ ਉਹ ਵੀ ਪੈਨਸ਼ਨ ਹੀ ਹੁੰਦੀ ਹੈ, ਕਿਉਂਕਿ ਆਪਣੇ ਵਾਸਤੇ ਉਹ ਪੈਸਾ ਇਕੱਠਾ ਕਰ ਲਿਆ, ਮਗਰ ਇਹਨਾਂ ਨੇ ਕੁਛ ਨਹੀਂ ਦਿੱਤਾ ਉਹਦੇ 'ਚ। ਇੱਕ ਡਿਮਾਂਡ ਸੀਗੀ ਜਦੋਂ GST ਲਾਗੂ ਹੁੰਦਾ ਹੈ, ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਬਾਅਦ ਇੱਕ ਡਿਮਾਂਡ ਸੀਗੀ ਵੀ ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਹੈਗੇ ਆ ਉਹਨੂੰ GST ਵਿੱਚ ਲਿਆਂਦਾ ਜਾਵੇ, ਤੇ ਪਰ ਉਹ ਅਜੇ ਕਿਤੇ ਨਾ ਕਿਤੇ ਪਰੇ ਰੱਖਿਆ ਗਿਆ, ਉਸ ਨੂੰ ਕਿੱਦਾਂ ਦੇਖਦੇ ਹੋ ਵੀ GST 'ਚ ਲਿਆਉਣਾ ਚਾਹੀਦਾ ਸੀਗਾ? GST 'ਚ ਬਿਲਕੁਲ ਲਿਆਉਣਾ ਚਾਹੀਦਾ, ਇਹ ਸਟੇਟਾਂ ਆਪਸ ਦੇ ਵਿੱਚ ਉਹ ਕਹਿੰਦੇ ਆ ਨਹੀਂ ਆਉਣ ਦਿੰਦੇ, ਸਟੇਟਾਂ ਨੂੰ ਉਹਦੇ 'ਚ ਪ੍ਰੋਫਿਟ ਹੈਗਾ, ਇਸ ਕਰਕੇ ਸਟੇਟਾਂ ਕਹਿੰਦੀਆਂ ਨਹੀਂ ਆਉਣ ਦਿੰਦੀ ਚਾਹੀਦੀ, ਸਾਰੀਆਂ GST 'ਚ ਆਉਣਾ ਚਾਹੀਦਾ, ਸਾਰੀਆਂ ਚੀਜ਼ਾਂ ਆ ਗਈਆਂ ਤਾਂ ਇਹ ਕਿਉਂ ਨਹੀਂ ਆ ਰਹੀ? ਉਹਦੇ ਨਾਲ ਪੈਟਰੋਲ ਦਾ ਰੇਟ ਘੱਟ ਜਾਣੇ ਸੀਗੇ, ਵਪਾਰੀ ਨੂੰ ਵੀ ਫਾਇਦਾ ਹੁੰਦਾ ਸੀ, ਹਰੇਕ ਦੁਨੀਆ ਸਾਰੀਆਂ ਨੂੰ ਫਾਇਦਾ ਸੀ। ਤੁਹਾਡੇ ਦੌਰਾ ਰੁਕ ਕਰ ਰਿਹਾ ਹੈਗਾ, ਵੈਸੇ ਜੇ ਗੱਲ ਕਰਾਂ ਮੈਂ ਤੇ ਐਕਸੈਪਟੇਸ਼ਨ ਕੀ ਸੀਗੀਆਂ ਬਜਟ ਤੋਂ, ਕਿ ਇੱਕ ਇੰਡਸਟਰੀ ਚਲਾਉਣ ਦੇ ਨਾਲ ਨਾਲ ਇੱਕ ਸਾਲ ਬਾਅਦ ਬਜਟ ਆਉਂਦਾ ਹੈ, ਤੇ ਇੱਕ ਇੰਡਸਟਰੀਅਲਿਸਟ ਹੋਣ ਦੇ ਨਾਤੇ ਇੱਕ ਹੁੰਦਾ ਦਿਮਾਗ ਦੇ ਵਿੱਚ ਹੁੰਦਾ ਵੀ ਅੱਜ ਬਜਟ ਆਉਣਾ ਹੈ ਤੇ ਅੱਜ ਕੁਛ ਨਾ ਕੁਛ ਖਾਸ ਇੰਡਸਟਰੀ ਨੂੰ ਦਿੱਤਾ ਜਾਵੇਗਾ ਬਜਟ। ਦੇਖੋ ਜੇ ਅਸੀਂ ਆਪਣੀ ਇੰਡਸਟਰੀ ਦੀ ਗੱਲ ਕਰੀਏ ਨਾ, ਸਾਨੂੰ ਤਾਂ GST ਤੋਂ ਰਾਹਤ ਦੀ ਲੋੜ ਹੈ, R&D ਸੈਂਟਰ ਦੀ ਲੋੜ ਹੈ, ਇੰਡਸਟਰੀਅਲ ਹੱਬ ਜਿਹੜਾ ਸਰਕਾਰ ਨੇ ਘੋਸ਼ਿਤ ਕੀਤਾ ਉਹ ਸਾਡੀ ਲੋੜ ਹੈ, ਮੁੱਖ ਜ਼ਰੂਰਤਾਂ ਤਾਂ ਇਹੀ ਹੈਗੀਆਂ, ਬਾਕੀ ਤਾਂ ਜ਼ਰੂਰਤਾਂ ਤਾਂ ਬਹੁਤ ਸਾਰੀਆਂ, ਪਰ ਜਿਹੜੀ ਮੁੱਖ ਰੂਪ ਦੇ ਨਾਲ ਹੈ ਉਹ ਇਹ ਹੈ ਕਿ GST ਦੀ ਜਿਹੜੀ ਹੈ ਉਹਦੇ 'ਚ ਰਾਹਤ ਦਿੱਤੀ ਜਾਵੇ, GST ਦਾ ਰੇਟ ਬਹੁਤ ਜ਼ਿਆਦਾ, ਔਰ ਦੂਜਾ R&D ਸੈਂਟਰ ਦਿੱਤਾ ਜਾਵੇ, ਤੀਜਾ ਇੰਡਸਟਰੀਅਲ ਹੱਬ ਦਿੱਤਾ ਜਾਵੇ, ਇਹ ਲੋੜ ਹੈ। ਔਰ ਇਹ ਜਿਹੜੀਆਂ ਸਾਡੀਆਂ ਪ੍ਰੋਡਕਟਸ ਹੈਗੇ ਆ ਜਿਹੜੇ ਹਾਇਰ ਰੇਟ ਦੇ ਵਿੱਚ ਹੈਗੇ ਆ, ਇਹ ਸਾਰੇ ਫਿਜ਼ੀਕਲ ਫਿਟਨੈਸ ਨਾਲ ਜੁੜੇ ਹੋਏ ਆ, ਸਕੂਲੀ ਸਿੱਖਿਆ ਨਾਲ ਜੁੜੇ ਆ, ਜਿਹੜੇ ਜਿਹਨਾਂ ਦੇ ਟੈਕਸ ਦੇ ਰੇਟ ਜ਼ਿਆਦਾ ਹੈਗੇ ਆ। ਸਾਡੀ ਮੰਗ ਵੀ ਆ ਔਰ ਅਸੀਂ ਮੰਗ ਕਰਦੇ ਵੀ ਆ ਰਹੇ ਹਾਂ ਕਿ ਸਰਕਾਰ ਉੱਤੇ ਵਿਚਾਰ ਕਰੇ, ਪਰ ਸਮੱਸਿਆ ਇਹ ਹੈ ਕਿ ਜਿਹੜੀ GST ਕੌਂਸਲ ਹੈ ਉਹਦੀ ਰਿਕਮੈਂਡੇਸ਼ਨ ਜਿਹੜੀਆਂ ਉਹ ਸਰਕਾਰ ਮੰਨਦੀ ਹੈ, ਜਿਹੜੀ GST ਕੌਂਸਲ ਉਹਦੇ 'ਚ ਸਾਰੇ ਸੂਬਿਆਂ ਦੇ ਫਾਈਨਾਂਸ ਮਿਨਿਸਟਰ ਮੈਂਬਰ ਹੈ, ਜਿਹੜੇ ਫਾਈਨਾਂਸ ਮਿਨਿਸਟਰਾਂ ਦੀ ਕਮੇਟੀ ਹੈ ਉਹ ਇੱਥੇ ਫੈਸਲੇ ਲੈਂਦੀ ਹੈ ਜਾਂ ਰਿਕਮੈਂਡੇਸ਼ਨ ਦਿੰਦੀ ਹੈ, ਜਾਂ ਤਾਂ ਫਿਰ ਸਰਕਾਰ ਨੂੰ ਚਾਹੀਦਾ ਸਾਡੇ ਜਿਹੜੇ ਇੰਡਸਟਰੀ ਦੇ ਪ੍ਰਤੀਨਿਧੀ ਹੈ ਉਹ GST ਕੌਂਸਲ ਦੇ ਮੈਂਬਰ ਬਣਾਏ ਜਾਣ, ਤਾਂ ਕਿ ਅਸੀਂ ਆਪਣੀ ਗੱਲ ਰੱਖ ਸਕੀਏ, ਸਰਕਾਰ ਨੂੰ ਤਸਵੀਰ ਦਿਖਾ ਸਕੀਏ। ਸੂਬੇ ਦੇ ਜਿਹੜੇ ਵਿੱਤ ਮੰਤਰੀ ਹੈ ਉਹ ਕਦੀ ਵੀ ਨਹੀਂ ਜਾਣਗੇ ਟੈਕਸ ਘਟੇ, ਕਿਉਂਕਿ ਜਿੰਨਾ GST ਜ਼ਿਆਦਾ ਉਹਨਾਂ ਸੂਬੇ ਦਾ ਉਹਦਾ ਹਿੱਸਾ ਜ਼ਿਆਦਾ, ਉਹਦੇ ਵਿੱਚ ਸਟੇਟਾਂ ਨੂੰ ਹਿੱਸਾ ਮਿਲਦਾ, ਇਸ ਕਰਕੇ ਸਟੇਟਾਂ ਦਾ ਖਾਮੋਸ਼ ਮੂਕ ਦਰਸ਼ਕ ਬਣੀ ਹੋਈ ਹੈ। ਸਾਡੀ ਕੇਂਦਰ ਸਰਕਾਰ ਨੂੰ ਮੰਗ ਹੈ ਕਿ ਜਿਹੜੀ GST ਕੌਂਸਲ ਹੈ ਉਹ ਚੱਲਦੀ ਰਹੇ ਤੇ ਪੈਰਲਲ ਇੱਕ ਇੰਡਸਟਰੀ ਦੀ GST ਕੌਂਸਲ ਬਣਾਈ ਜਾਵੇ, ਜਿਹਦੇ 'ਚ ਸਾਰੇ ਸੂਬਿਆਂ ਦੀ ਇੰਡਸਟਰੀ ਦੇ ਪ੍ਰਤੀਨਿਧੀ ਮੈਂਬਰ ਹੋਣ, ਔਰ ਉਹ ਸਰਕਾਰ ਨੂੰ ਸਹੀ ਤਸਵੀਰ ਦੱਸ ਸਕਣ। ਜੇ ਅਸੀਂ ਟੈਕਸ ਘਟਾਉਣ ਦੀ ਮੰਗ ਕਰਦੇ ਹਾਂ ਨਾ, ਤਾਂ ਮੇਰੀ ਗਰੰਟੀ ਹੈ ਉਹਦੇ ਨਾਲ ਰੈਵਨਿਊ ਵਧੂਗਾ, ਘਟੂਗਾ ਨਹੀਂ। ਟੈਕਸ ਜੇ ਸਰਕਾਰ ਘਟਾ ਦੇਵੇ GST, ਰੈਵਨਿਊ ਵਧੂਗਾ, ਇਹ ਮੇਰਾ ਚੈਲੰਜ ਆ, ਗਰੰਟੀ ਹੈ ਇਹ ਵਧੂਗਾ। ਪਰ ਅਫਸੋਸ ਕਿ ਸਾਡੀ ਗੱਲ ਰੱਖਣ ਵਾਲਾ ਕੋਈ ਨਹੀਂ, ਸਰਕਾਰ ਕਹਿੰਦੀ GST ਕੌਂਸਲ ਨੂੰ ਸੁਝਾਅ ਭੇਜੋ, GST ਕੌਂਸਲ 'ਚ ਫਾਈਨਾਂਸ ਮਿਨਿਸਟਰ ਬੈਠਾ ਹਰ ਸਟੇਟ ਦਾ, ਉਹ ਕਦੇ ਵੀ ਨਹੀਂ ਜਾਂਦਾ ਕਿ GST ਦਾ ਸਾਨੂੰ ਹਿੱਸਾ ਘੱਟ ਆਵੇ, ਇਹ ਸਾਡੀ ਬਦਕਿਸਮਤੀ ਹੈ। ਕੇਂਦਰ ਦੀ ਸਰਕਾਰ ਨੂੰ GST ਕੌਂਸਲ ਬਾਰੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੀ ਉਦਯੋਗਿਕ ਪ੍ਰਤੀਨਿਧੀ ਹੈ ਉਹਨਾਂ ਦੀ ਕੌਂਸਲ ਹੋਣੀ ਚਾਹੀਦੀ ਹੈ, ਤਾਂ ਹੀ ਇੰਡਸਟਰੀ ਬਚਣੀ ਹੈ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਸਨ ਇੰਡਸਟਰੀ ਦੇ ਲੋਕ, ਬਸਤੀ 9 'ਚ ਜਿਹੜੀ ਸਪੋਰਟਸ ਮਾਰਕੀਟ ਆ ਉੱਥੇ ਮੌਜੂਦ ਹੈਗੇ ਆ, ਅਤੇ ਜਿਹੜੀ ਅੱਜ ਓਵਰਆਲ 7ਵਾਂ ਬਜਟ ਜਿਹੜਾ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ, ਫਿਲਹਾਲ ਤਾਂ ਜਿਹੜੇ ਸਪੋਰਟਸ ਇੰਡਸਟਰੀ ਦੇ ਜਾਂ ਇੰਡਸਟਰੀ ਦੇ ਲੋਕ ਹੈਗੇ ਨੇ ਉਹ ਨਾ ਖੁਸ਼ ਨਜ਼ਰ ਆ ਰਹੇ ਨੇ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ TV, ਜਲੰਧਰ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।